थोड़ा घ्यो। थोड़ा ये तो दिया साथ है। आप इच्छुआ खा जाए लस्सी बांध जैसे समोसा खा जाए। चटनी चुटनी बना ले साथ है। रोटियां तो ला ले साथ। सही। चलो ये राख छोड़ी फिर क्यों मैं सारी टाइम रोटी उत्ते लासा। तनवीर भाई फ्रेश माल रखे बैठा है किन्नू नाल आ गया। गनेरिया माशाल्लाह स्ट्रॉबेरी भी हैगी खीरे भी है गे नाल। ते वो दूसरे खत्म हो गए तनवीर वो भाई एप्पल थोड़ा सा पड़ा हुआ। अच्छा अच्छा एक ही एप्पल है। हाँ एक ही। ठीक हो गया। और माशाल्लाह काम ठीक चल गया। ओके अल्लाह का शुक्र। मार मार डांडे और मार डांडे और तेज दल बहुत ज्यादा हैगा तुसी देख सकते ने। मैं हुणे तुहानू दिखा हाले मैं सफाई भी नहीं की झाड़ू नहीं लाया सारा खिलारा उवें ही पिया होया। ये फूफो सही होगी मशीन फिर खराब हो गए। फूफो जरा दुध रखे आ सही पे हो सारी टाइम जरा रखे हा सही पे रखते रखना रोजा तो मैं रखना लेकिन मैं इन्ना तेज रात बुखार हो गया। पहले गला खराब आ तो नजला नाल हूं बुखार भी हो गया ਤਾਂ ਦੀ ਵਜ੍ਹਾ ਤੋਂ ਫਿਰ ਮੈਂ ਅੱਜ ਨਹੀਂ ਰੱਖਿਆ। ਆਤਿਆ ਤੇ ਸੇਰਾ ਸਤਿਆ ਆਪਣੀ ਜੀ ਬਣਾਈ ਦੇ ਇਸ ਮੌਸਮ ਵਾਸਤੇ ਬਣਾਈ। ਹਾਂ ਸਹੀ ਗਰਮੀ ਦੀ ਵਜ੍ਹਾ ਤੋਂ ਮੱਖੀਆਂ ਵੀ ਬਹੁਤ ਜ਼ਿਆਦਾ ਆ ਗਈਆਂ। ਨਾਲ ਤੂੜੀ ਦੀ ਵਜ੍ਹਾ ਤੋਂ ਜਿਹੜੀ ਤੂੜੀ ਆ ਇੱਥੇ ਰੱਖੀ ਹੋਈ ਹੈ ਸਾਨ ਵੀ ਸੌੜਾ ਜਿਹਾ ਹੋਇਆ ਤੁਹਾਨੂੰ ਤੂੜੇ ਚ ਰੱਖਿਆ ਨੇ ਇੱਥੇ ਮੰਜੇ ਨਹੀਂ ਪੰਦੇ। ना थोड़ा फुफो आया कि चलो कोई गल नहीं। आलू रखो नहीं पहले तुसी आलू तो रखो बाद में चाह बना लो। सर बार मैं झाड़ भी ला लिया सफाई कर ली बारो ते फुफो चाह बनांदी पी मैं आटा गुनदी पी। आटा गुन के बाद में आलू तो रख देने। आलू रख के फिर फुफो रोटियां बनानियां फिर समोसे का आटा गुनना क्योंकि पूरे दिन काम खत्म होना ही नहीं।
ਮਾਰ ਇਹਨੂੰ ਤਾਂ ਹੀ ਨਿਬਲਣਾ। ਇੱਥੇ ਆਪਾਂ ਅੱਗ ਬਾਲ ਲਈ ਹੈ, ਸਾਡੇ ਕੋਲ ਬਲੀ ਨੇ ਆ ਵੇਖੋ, ਇਹ ਵੀ ਥੱਲੇ ਲਾ ਦੇ। بسم اللہ الرحمن الرحیم، السلام علیکم میرے تمام بہنا بھائی، جتھے رہو ہستے رہو مسکندے رہو خوش رہو آباد رہو، جو بیمار اللہ پاک نے شفا عطا فرماوے، جن کو کاروبار نہیں اللہ پاک نے کاروبار عطا فرماوے، جن کو اولاد نہیں اللہ پاک نے اولاد عطا فرماوے، کہ میں اللہ نو یاد کر کے آج کے لوگ آغاز کر رہا ہوں۔ ماشاءاللہ آج ہو گئے 15 روزے، تو باقی عید کے دن رہ گئے 14، جی 29 نو بنے تو پھر 14 رہ گئے، جی اگر 30 تے بنے تو پھر 15 رہ گئی۔ تو ماشاء اللہ آج بہت ہی پیارا موسم بنے کھڑا ہے۔ اچھا پہلا موسم چیک کرا رہے سی بیگم نے، ٹھیک ہو گیا تو برتن دھو تو جلدی جلدی سموسے بنا، بلکہ تو برتن بعد دھو لی پہلے سموسے بنا، کیونکہ آج موسم بڑا وی آئی پی بنے کھڑا ہے، برتن بعد دھو لینا ٹھیک ہے۔ ਲੈਣ ਵਾਸਤੇ ਇਹ ਸਵੇਰ ਰੇੜੀ ਲੈ ਜਾਈ ਦੀ ਹੈ ਅਤੇ ਸ਼ਾਮ ਨੂੰ ਵਾਪਸ ਕਰ ਦਿੱਤੀ ਦੀ ਹੈ ਅਤੇ 3000 ਰੁਪਇਆ ਇੱਕ ਮਹੀਨੇ ਦਾ ਕਿਰਾਇਆ ਦੇ ਰਿਹਾ। ਅਤੇ ਠੀਕ ਹੈ ਬੱਚੇ ਮੈਂ ਰੇੜੀ ਲੈ ਕੇ ਜਾ ਰਿਹਾ ਫਿਰ, ਹਾਂ ਰੇੜੀ ਹੁਣ ਮੈਂ ਲੈ ਕੇ ਜਾ ਰਿਹਾ, ਇਹਨੂੰ ਹੁਣ ਜਾ ਕੇ ਸਾਫ ਕਰਨਾ ਦੋਨਾਂ ਧੋ ਕੇ ਅਤੇ ਇਸ 'ਤੇ ਫਿਰ ਕੰਮ ਸ਼ੁਰੂ ਕਰਨੇ ਆ। ਲੈ ਕੇ ਠਲ ਦਿੱਤੀ ਹੈ, ਹੁਣ ਇਹ ਪਾਣੀ ਲੈਣ ਜਾ ਰਿਹਾ, ਪਾਣੀ ਲੈ ਕੇ ਤਾਂ ਇਹਨੂੰ ਹੁਣ ਯਾਨੀ ਕਿ ਸਾਰੇ ਨੂੰ ਧੋਣਾ ਹੈ, ਸਾਰੀ ਉੱਥੇ ਸਾਫ਼ ਕਰਨੀ ਹੈ, ਸਾਫ਼ ਕਰਕੇ ਅਤੇ ਇਸ ਤੋਂ ਬਾਅਦ ਫਿਰ ਇਹਨੂੰ ਦਿਲਾਵਾਂਗੇ ਸਮੋਸੇ, ਘਰ ਜਾ ਕੇ ਚੈੱਕ ਕਰਨੇ ਆ ਬੇਗਮ ਬਣਾ ਰਹੀ ਹੈ ਸਮੋਸੇ ਜਾਂ ਨਹੀਂ ਬਣਾ ਰਹੇ। ਅੱਛਾ ਜੀ ਬੇਗਮ ਬਣਾ ਰਹੀ ਹੈ ਟਿੱਕੀਆਂ ਇਸ ਟਾਈਮ। ਅੱਛਾ ਬੇਗਮ ਰੇੜੀ ਮੈਂ ਲੈ ਆ ਤੇ ਇਹ ਬੜੀ ਪਰੇਸ਼ਾਨੀ, ਰਾਤ ਨੂੰ ਜਾ ਕੇ ਉਧਰ ਛੋੜ ਆਣੀ, ਦਿਨੇ ਉਦੋਂ ਲੈ ਆਵਣੀ, ਉਹ ਮਜਬੂਰੀ ਆਪਾਂ ਨੂੰ ਹੋਏ ਉਹਨਾਂ ਨੂੰ ਦਿਖਾਈ ਨੀ, ਪੈਸੇ ਤਾਂ ਆਪਾਂ ਦਿੰਦੇ ਹਾਂ ਮਹੀਨੇ ਦਾ 3000 ਰੁਪਇਆ ਦਿੰਦੇ ਹਾਂ। ਤੇ ਚਲੋ ਕੋਈ ਨੀ, ਅੱਲਾ ਪਾਕ ਦੇ ਸੀ ਗੁਜਾਇਸ਼ ਤੇ ਆਪ ਦੀ ਰੇੜੀ ਲੈ ਲਿਸਾਂ ਤੇ ਫਿਰ ਰੋਲਾ ਹੀ ਕੋਈ ਨੀ, 3000 ਤਾਂ ਆਪਾਂ ਮਹੀਨੇ ਦਾ ਉਹਨਾਂ ਨੂੰ ਦਿੰਦੇ ਹਾਂ। ਕਿਤਨੇ ਬਣਨੇ ਨੇ? ਚਲੋ ਧੀ ਬਣ ਕੇ ਤਾਂ ਬੜੇ ਨੇ। ਟਿੱਕੀ ਹੋ ਗਈ ਤਿਆਰ, ਮਾਸ਼ਾਅੱਲਾ ਬਹੁਤ ਪਿਆਰੀ ਨਜ਼ਰ ਆ ਰਹੀ ਹੈ, ਟਿੱਕੀਆਂ ਹੁਣ ਤਿਆਰ ਹੋ ਗਈਆਂ ਨੇ। ਇਹ ਹੁਣ ਸੁੱਕਣੇ ਬੇਗਮ ਪਾ ਦਿੱਤੀਆਂ ਨੇ, ਉਸ ਤੋਂ ਬਾਅਦ ਹੁਣ ਬੇਗਮ ਬਣਾ ਰਹੀ ਮਸਾਲਾ, ਠੀਕ ਹੈ ਬੇਗਮ। ਮਿਰਚਾਂ ਅਤੇ ਨਮਕ ਥੋੜ੍ਹਾ ਜਿਹਾ ਨਾ ਤੇਜ਼ ਰੱਖਣਾ, ਠੀਕ ਹੈ ਨਾ, ਇੰਨਾ ਤੇਜ਼ ਨਮਕ ਨਹੀਂ ਖਾਈਦਾ ਹੁੰਦਾ। ਚਲੋ ਮਿਰਚਾਂ ਥੋੜ੍ਹੀਆਂ ਜਿਹੀਆਂ ਸਹੀ ਮਸਲ ਕਰਾਰਾ ਮੌਲ ਹੋ ਜਾਵੇ ਹੈ, ਅਤੇ ਮੈਂ ਉਹਨਾਂ ਪਾਣੀ ਭਰ ਕੇ ਨਾ ਰੇੜੀ ਵੀ ਸਾਫ਼ ਕਰ ਲਵਾਂ, ਅਤੇ ਤੂੰ ਦੂਸਰਾ ਆਪਣਾ ਪਰਾਂ ਪਾਣੀ ਛਿੜਕ ਲਵਾਂ ਜਿੱਥੇ ਰੇੜੀ ਲਾ ਖੜਨਾ, ਠੀਕ ਹੈ। ਝਾੜੂ ਲਾ ਲਿਆ, ਸਫਾਈ ਕਰਕੇ ਪਾਣੀ ਛਿੜਕ ਲਿਆ, ਹੁਣ ਇਸ ਤੋਂ ਬਾਅਦ ਰੇੜੀ 'ਤੇ ਵੀ ਸਫਾਈ ਕਰ ਲਈਏ, ਪਾਣੀ ਇੱਥੇ ਵੀ ਛਿੜਕ ਲਿਆ ਸਾਰਾ ਛਿੜਕ ਕੇ, ਤਾਂ ਹੁਣ ਇਨਸ਼ਾਅੱਲਾ ਸਮੋਸੇ ਤਿਆਰ ਹੋ ਰਹੇ ਨੇ, ਲਾ ਲਵਾਂਗੇ ਹੁਣ ਤਿਆਰ। ਮਸਲ ਕਿ ਚਟਾਈ ਪਾ ਲਈਏ ਥੱਲੇ, ਉੱਤੇ ਆ ਰੱਖ ਲਿਆ, ਹੁਣ ਇਹਦੇ ਉੱਤੇ ਆਣ ਕੇ ਥਾਰ ਰੱਖਣਾ, ਸਮੋਸੇ ਤਲੀ ਰਹੇ ਨੇ, ਬਾਕੀ ਸਫਾਈ ਸਫੂਈ ਸਾਰੀ ਹੋ ਗਈ ਕਲੀਅਰ। ਸਮੋਸਾ ਹੁਣ ਪਾਇਆ ਹੈ, ਅੱਜ ਗਰਮੀ ਬਹੁਤ ਜ਼ਿਆਦੀ ਹੈ, ਸ਼ਬੀਰ ਨੂੰ ਇੰਨਾ ਜ਼ਿਆਦਾ ਪਸੀਨਾ ਵੀ ਆਇਆ ਖੜਾ ਹੈ। ਸੋਲਾਂ ਸਮੋਸੇ ਮੈਂ ਭਰੇ ਨੀ, ਬਸ ਦੋ ਰਹਿ ਗਏ ਵਿੱਚ।
अच्छा होवे जिहड़े विच पाए सही। ਸ਼ਬੀਰ ਨੂੰ ਦੇ ਆ ਪਾਣੀ ਤੇ ਉਹ ਦੂਸਰੀ ਚਟਨੀ ਬਾਕੀ ਸਮਾਨ ਉਹ ਲੈ ਗਿਆ ਗਲਾਸ ਵੀ ਲੈ ਗਿਆ ਪਾਣੀ ਠੰਡਾ ਹੋ ਗਿਆ ਵਿੱਚ ਬਰਫ਼ ਪਾਈ पहले ਹੁੰਦੀ ਸੀ ਸਰੇ ਹਾਂ ਉਹ ਵਿੱਚ ਲੱਕੜਾ ਵੀ ਆ ਗਿਆ ਹਾਂ ਵਿੱਚ ਲੱਕੜਾ ਹੈ ਨਾ ਹਾਂ ਇਹ ਉਹਨਾਂ ਨੇ ਕਟਾਈ ਕਰ ਲਈ ਏ ਇੱਥੇ ਹੁਣ ਉਹਨਾਂ ਹੋਰ ਕੁਝ ਲਾਣਾ ਹੈ ਹੁਣ ਇਹਦੇ ਚ ਨਾ ਬੀਜਣਾ ਹੈ ਦੂਸਰਾ ਸ਼ਤਲ ਨਹੀਂ ਹੁੰਦਾ ਉਹ ਪਿੱਛੇ ਘੋੜਿਆਂ ਵਾਸਤੇ ਘੋੜਿਆਂ ਦਾ ਸ਼ਤਲ ਆ ਉਹ ਵਾਲਾ ਤਾਂ ਉਹ ਕਣਕ ਵੀ ਹੋਈ ਖੜੀ ਹੈ ਨਾ ਕਣਕ ਤਾਂ ਮਾਸ਼ਾਅੱਲਾ ਹੋਈ ਖੜੀ ਹੈ ਉਹਨਾਂ ਰੰਗ ਪਤਾ ਨਹੀਂ ਕਦੋਂ ਚੇਂਜ ਕਰਨਾ ਪਰ ਜਲਦੀ ਜਲਦੀ ਪੱਕੇ ਤਾਂ ਇਹਨੂੰ ਵਢੀਏ ਇਹ ਜੋ ਹੁੰਦੀ ਕੋਈ ਨਹੀਂ ਹਾਲੇ ਅਗਲੀ ਤੂੜੀ ਵੇਖ ਲਓ ਉਵੇਂ ਪਈ ਏ जे पिछले साल की तूड़ी आई ना वाली उमें पई है और सामने तूड़ी पई है पिछले साल वाली उमें तो माशाल्लाह हम जिंदा जिंदा फिर कणक आ गई है इंशाल्लाह मौसम माशाल्लाह बहुत ही प्यारा बनया खड़ा है। अम्मी तो बेगम कपड़े धो रही सी तो समोसे पिछले बनाने से तो मैं लै आया फिर बेगम ने मैं क्या चलो समोसे मैं बना के दे तो मैं तलाई कर लवा तलाई करके उत्थे बाहर बुन पवाया रेहड़ी से तो मैं हम फिर बेगम ने छोड़न वास्ते जा रहा तमाकू है सारा टोटल ओ पर नाल साइड सब्जी कटी हुई पर फिर तमाकू कटे हुए तो जिस टाइम बेगम सारा पत्ते उतले आ जड़े पत्ते ना हाँ। जिस टाइम सुक जैसे ना उस टाइम इन करके ना यानी कि वटना है जिम्मे आप कणक खबड़ नहीं वटते उस तरीके करके हाँ मैं सिर्फ आए आले धोते ने कपड़े अच्छा बिजली बदल की वजह से बंद हो ट्रिप है दूसरा अपना स्लेटा तो लगी हुई ना ये तो काफी देर दी बंद हुई पी क्योंकि पानी सारा खराब होया पे सही चलो सूरज जिस टाइम निकलेगा फिर उस टाइम ही चलनी पहला तो चलनी कोई नहीं पता नहीं उन्होंने क्यों सी भी करना है मुश्किल पुराना खूह हैगा इत्थे पहले होंदी सी मसलन क्या वो ट्रैक्टर वाली बोर असी उन्होंने बोर कहने पिंड के हिसाब नाल वो बोर होंदी सी हुण हो गई खत्म हुण ला दित्ती ने टरपैन ते हुण सारा ही ना खराब होया पे खूह बिचू सारा मसलन के लोया लोया काढ़ लिया ने खाडा इतने बने हुआ खाडा भी सारा डाह दिता इन्हें आ इटा वगैरह निकलिया पे ने उन्होंने फिर उस साइड से टरपैन ला दी सामने